I'm
ऐसे गुर कौ बल बल जाइए आप मुक्त मोहि तारे कवन 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 गुण कहिए अंत नहीं किस पार लाख 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 कई कोर को है सो विचार विषम 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 ही पई है लाल गुलाल रंगार कहो नानक संतन रस आई है जो चाख गुंगा मुस्कार ऐसे अंगुरा तो जी मैं बाल Thank you.
ਕਿਰਪਾ ਕਰੋ ਇਹਨਾਂ ਦੁਨੀਆਂ ਤੋਂ ਬਚਾ ਵੀ ਹੋ ਸਕਦਾ
ਜਾਏ ਦੁਨੀਆਂ ਦੇ ਵਿੱਚ ਕਾਹਦੇ ਜਾਂਦਾ ਹੈ। ਤਰਲੋਚਨ ਜੀ ਕਹਿਣ ਲੱਗੇ ਵੀ ਪਰਮੇਸ਼ਰ ਦਾ ਅਸੂਲ ਹੈ, ਜ਼ਿਆਦੇ ਇਨਸਾਨ ਜਾਣੀਏ ਇਸ ਦੇ ਸਾਹ ਪੂਰੇ ਹੁੰਦੇ ਨੇ, ਫਿਰ ਜਿਹੀ ਜੀ ਇਹਦੀ ਬਾਸ਼ ਨਾ ਹੁੰਦੀ ਹੈ। ਜਿਹੜੀ ਵਸਤੂ ਨੂੰ ਇਹ ਯਾਦ ਕਰਦਾ ਮਰਨ ਵੇਲੇ, ਇਹ ਉਸ ਜੂਨੀ ਦੇ ਵਿੱਚ ਚਲਿਆ ਜਾਂਦਾ। ਜਾਂਦਾ ਕੌਣ ਹੈ? ਜੀਵ ਸਰੀਰ ਤਾਂ ਮਿੱਟੀ ਹੈ, ਫੂਕ ਦਿੰਦੇ ਨੇ, ਦੱਬ ਦਿੰਦੇ ਨੇ, ਬਾਹਰ ਮਰ ਜਾਵੇ, ਜਾਨਵਰ ਖਾ ਜਾਂਦੇ ਨੇ, ਬਿਸ਼ਟਾ ਬਣ ਜਾਂਦਾ। ਆਓ ਜੀ ਤਾਂ ਇਤਨੀ ਮੁਕਤ ਵਾ। ਕਹਿਣ ਲੱਗੇ ਜਿਸ ਤਰ੍ਹਾਂ ਆਮ ਵੀ ਕਹਾਵਤ ਹੈ, ਅੰਤ ਗਤਾ ਸੋਈ, ਅੰਤ ਮਤਾ ਸੋਈ ਗਤਾ। ਕਹਿੰਦੇ ਮਰਨ ਵੇਲੇ ਜੈ ਜੈ ਫੁਰਨਾ ਕਰੇਗਾ, ਇਹ ਉਸ ਦੂਜੀ ਦੇ ਵਿੱਚ ਚਲਿਆ ਜਾਵੇ। ਤਰਲੋਚਨ ਜੀ ਕਹਿਣ ਲੱਗੇ ਵੀ ਸੁਣੋ, ਚਾਰ ਪੰਜ ਵਾਸ਼ਨਾ ਨੇ, ਚਾਰ ਪੰਜ ਦ੍ਰਿਸ਼ਟਾਂਤਾਂ ਦੁਆਰਾ ਪਤਾ ਲੱਗ ਜਾਂਦਾ ਸਾਰਾ। ਉਹਨਾਂ ਨੂੰ ਜੇ ਰੋਕ ਲਿਆ ਜਾਵੇ ਤਾਂ ਫਿਰ ਉਹ ਦੁਨੀਆਂ ਦੇ ਵਿੱਚ ਨਹੀਂ ਜਾਵੇਗਾ। ਕਹਿਣ ਲੱਗੇ ਮਹਾਰਾਜ ਜੀ ਦੱਸੋ, ਫਿਰ ਅਸੀਂ ਕੋਸ਼ਿਸ਼ ਕਰਾਂਗੇ ਉਸ ਵਾਸਨਾ ਨੂੰ ਰੋਕਣ ਦੀ। ਤਰਲੋਚਨ ਜੀ ਨੇ ਫਿਰ ਸ਼ਬਦ ਉਚਾਰਨ ਕਰਿਆ। ਸ਼ਬਦ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਗੁਰੂ ਸਾਹਿਬ ਜੀ ਨੇ, ਅੰਤ ਕਾਲ ਜੋ ਲਕਸ਼ਮੀ ਸਿਮਰੈ। ਲਕਸ਼ਮੀ ਕਹਿੰਦੇ ਨੇ ਮਾਇਆ ਨੂੰ, ਸਿਮਰਨ ਨਾਮ ਉਹਨੂੰ ਯਾਦ ਕਰਦਾ ਮਾਇਆ ਜਿੱਥੇ ਰੱਖੀ ਹੋਈ ਹੈ। ਜਿਹੜੇ ਘਰ ਦੇ ਪ੍ਰੇਮੀ ਨੇ ਆਪੋ ਆਪਣੇ ਮਤ ਅਨੁਸਾਰ, ਕੋਈ ਸੁਖਮਨੀ ਸਾਹਿਬ ਸੁਣਾਉਂਦਾ, ਕੋਈ ਗੀਤਾ ਦਾ ਪਾਠ ਕਰਦਾ, ਕੋਈ ਬਾਈਬਲ ਸੁਣਾਉਂਦਾ, ਕੋਈ ਹੋਰ ਧਾਰਮਿਕ ਗ੍ਰੰਥ ਨੇ ਉਹ ਸੁਣਾਉਂਦੇ ਨੇ। ਹੁਣ ਉਹਦਾ ਪਿਆਰ ਤਾਂ ਸੁਖਮਨੀ ਨਾਲ ਤਾਂ ਹੈ ਨਹੀਂ, ਪਿਆਰ ਤਾਂ ਉਹਦਾ ਜਿਹੜੀ ਮਾਇਆ ਪਈ ਹੈ ਬੰਕ ਦੇ ਵਿੱਚ ਉਹਦੇ 'ਚ। ਜਿਹੜੀ ਚੀਜ਼ ਨਾਲ ਪਿਆਰ ਹੁੰਦਾ ਫਿਰ ਉਸਨੂੰ ਇਹ ਯਾਦ ਕਰਦਾ। ਅੰਤ ਕਾਲ ਜੋ ਲਕਸ਼ਮੀ ਸਿਮਰੈ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦੇ ਪਾਸ ਵੀ ਸਿੱਖਾਂ ਨੇ ਬੇਨਤੀ ਕਰੀ, ਮਹਾਰਾਜ ਮਰਨ ਵੇਲੇ ਪਰਮੇਸ਼ਰ ਦਾ ਨਾਮ ਲੈ ਲਾਂਗੇ, ਹੁਣ ਤਾਂ ਖਾਈਏ ਪੀਏ। ਭਾਈ ਗੁਰਦਾਸ ਜੀ ਕਹਿੰਦੇ ਉਸ ਟਾਈਮ ਨਹੀਂ ਲੈ ਹੋਣਾ ਗੁਰਮੁਖੋ, ਉਹ ਤਾਂ ਜਵਾਨੀ ਦੇ ਵਿੱਚ ਲੈ ਹੋਵੇਗਾ। ਆਓ ਭਾਈ ਤਰਲੋਚਨ ਜੀ ਕਹਿਣ ਲੱਗੇ, ਅੰਤਕਾਰ ਜੋ ਲਕਸ਼ਮੀ ਸਿਮਰੈ। ਮਾਇਆ ਨੂੰ ਯਾਦ ਕਰਦਾ ਇਸਦਾ ਅੰਤ ਹੋ ਗਿਆ, ਫਿਰ ਕਿਹੜੀ ਜੁਨੀ ਦੇ ਵਿੱਚ ਜਾਵੇਗਾ? ਕਹਿਣਗੇ ਮਹਾਰਾਜ ਫਿਰ ਇਹਨੂੰ ਕਿਹੜਾ ਸਰੀਰ ਮਿਲੇਗਾ? ਕਹਿਣ ਲੱਗੇ ਸੱਪ ਦੀ ਜੁਨੀ ਵਿੱਚ, ਸੱਪ ਦੇ ਸਰੀਰ 'ਚ ਚਲੀ ਜਾਵੇਗੀ ਇਹ ਰੂਹ। ਸਰਪ ਜੋਨ ਬਲ ਬਲ ਅਵਤਰ ਅਰੀਵਾਈ ਗੋਬਿੰਦ ਨਾਮ ਮਤ ਦਿਸੈ। ਪਰਮੇਸ਼ਰ ਦੇ ਨਾਮ ਨੂੰ ਨਾਮ ਸਾਰੋ। ਪਰਮੇਸ਼ਰ ਦਾ ਨਾਮ ਇਹ ਨਹੀਂ ਕਹਿੰਦਾ ਵੀ ਤੂੰ ਗ੍ਰਿਸ਼ਤ 'ਚ ਨਾਰ ਹੈ, ਨਹੀਂ। ਪਰਮੇਸ਼ਰ ਇਹ ਨਹੀਂ ਕਹਿੰਦਾ ਤੂੰ ਵੀ ਕੰਮ ਕਰ ਨਾ ਕਰ। ਪਰਮੇਸ਼ਰ ਇਹ ਨਹੀਂ ਕਹਿੰਦਾ ਤੂੰ ਰਾਜ ਭਾਗ ਦੇ ਵਿੱਚ ਨਾ ਰਹਿ, ਨਹੀਂ। ਪਰਮੇਸ਼ਰ ਦਾ ਕਹਿੰਦਾ ਤੂੰ ਰਾਜ ਭਾਗ ਦੇ ਵਿੱਚ ਰਹਿੰਦਾ ਹੋਇਆ
ਤੂੰ ਪਰਮੇਸ਼ਰ ਦਾ ਸਿਮਰਨ ਕਰੀ ਕਰ ਜਾਂ ਤੇਰਾ ਰਾਜ ਭਾਗ ਪਦਾਰਥ ਸਾਰੇ ਸਫਲੇ ਹੋ ਜਾਣਗੇ ਨਾਲੇ ਮਨੁੱਖਾਂ ਦੇ ਤਾਰਿਆਂ ਵੀ ਸਫਲਾ ਹੋ ਜਾਵੇ ਔਰ ਇਸ ਤਰ੍ਹਾਂ ਨਾਲ ਦੱਸਿਆ ਗੁਰੂ ਸਾਹਿਬ ਜੀ ਨੇ ਅਰੀ ਵਾਈ ਸਰਲੋਚਣੀ ਕਹਿਣ ਲੱਗੇ ਅਰੀ ਵਾਈ ਗੋਬਿੰਦ ਨਾਮ ਮਤ ਵੀ ਸਿਰਾ ਆਏ ਪਰਸ਼ਨ ਕਰਨ ਵਾਲੇ ਪ੍ਰੇਮੀਓ ਜੇ ਤੁਸੀਂ ਸੱਪ ਦੀ ਜੂਨੀ ਤੋਂ ਬਚਣਾ ਚਾਹੁੰਦੇ ਤਾਂ ਫਿਰ ਤੁਸੀਂ ਪਰਮੇਸ਼ਰ ਦੀ ਬੰਦਗੀ ਕਰੀ ਜਾਓ ਕੰਮ ਕਾਰ ਕਰੋ ਜਾਓ ਤੁਹਾਨੂੰ ਕਦੇ ਸੱਪ ਦੀ ਜੂਨੀ ਨਹੀਂ ਮਿਲੇਗੀ ਜੇ ਤੁਸੀਂ ਨਹੀਂ ਕਰੋਗੇ ਸਿਮਰਨ ਅਤੇ ਮਾਇਆ ਦਾ ਸਿਮਰਨ ਕਰੋਗੇ ਪੁੱਤਰ ਧੀਆਂ ਦਾ ਸਿਮਰਨ ਕਰੋਗੇ ਮਹਿਲ ਮਾੜੀਆਂ ਦਾ ਸਿਮਰਨ ਕਰੋਗੇ ਫਿਰ ਤੁਹਾਡੇ 'ਤੇ ਦੂਈ ਸ਼ਰਤ ਐਦ ਹੋਵੇਗੀ ਸਰਬ ਜੋਨ ਬਲ ਬਲ ਅਵਤਰਾ ਆਹ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪ੍ਰੇਮ ਦੇ ਨਾਲ ਸੁਣ ਲਿਆ ਕਰੋ ਪਹਿਲਾਂ ਆਪਣੀ ਵਾਰੀ ਸਿਰ ਫਿਰ ਬੋਲਿਆ ਕਰੋ ਪੜੋ ਪ੍ਰੇਮ ਦੇ ਨਾਲ ਕਿਤੇ ਸੱਪ ਬਣਨਾ ਨਾ ਪੈਜੇ ਮਾਇਆ ਦੇ Thank you.
ਗਈ ਮਰਨ ਵੇਲੇ ਜਦ ਦਾ ਖਿਆਲ ਜਿਹੜੀ ਵਸਤੂ ਦੇ ਵਿੱਚ ਰਹੇਗਾ ਨਾ ਜੇ ਤਾਂ ਨਾਮ ਦੇ ਵਿੱਚ ਖਿਆਲ ਰਹੇਗਾ ਤਾਂ ਜਾਵੇਗਾ ਗੁਰੂ ਨਾਨਕ ਦੇ ਮਹਾਰਾਜ ਦੇ ਦੇਸ਼ ਨੂੰ ਜੇ ਮਾਇਆ ਦੇ ਵਿੱਚ ਖਿਆਲ ਰਹੇਗਾ ਫਿਰ ਇਹ ਸੱਪਾਂ ਦੇ ਦੇਸ਼ ਸੱਪਾਂ ਦੀ ਦੁਨੀਆ 'ਚ ਚਲਿਆ ਜਾਵੇਗਾ ਗੁਰੂ ਔਰ ਇਸ ਤਰ੍ਹਾਂ ਦੇ ਨਾਲ ਭਾਈ ਗੁਰਦਾਸ ਜੀ ਦੇ ਅੱਗੇ ਬੇਨਤੀ ਕਰੀ ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਹੋ ਪਰਮੇਸ਼ੁਰ ਦੀ ਬੰਦਗੀ ਕਰਨੀ ਚਾਹੀਦੀ ਆ ਬੰਦਗੀ ਕਰੇ ਇਨਸਾਨ ਤਾਂ ਫਿਰ ਮਰਨ ਵੇਲੇ ਵੀ ਖਿਆਲ ਬੰਦਗੀ 'ਚ ਰਹੇਗਾ ਕਹਿਣ ਲੱਗੇ ਜੇ ਮਰਨ ਵੇਲੇ ਕਹਿਣਾ ਵੀ ਫਿਰ ਨਹੀਂ ਮੁਕਤ ਹੋਵੇਗੀ ਉਹਨਾਂ ਦਾ ਸਵਾਲ ਦਾ ਜਵਾਬ ਦਿੰਦਿਆਂ ਭਾਈ ਸਾਹਿਬ ਜੀ ਆਪਣੀਆਂ ਵਾਰਾਂ ਦੇ ਵਿੱਚ ਇਸ ਤਰ੍ਹਾਂ ਲਿਖਦੇ ਨੇ ਪੜ੍ਹੋ ਪ੍ਰੇਮ ਦੇ ਰਾਮ ਨਾਮ ਲਿਓ ਲਾਈਏ ਅੰਤ ਕਾਲ ਕੈਸੇ ਰਾਮ ਨਾਮ ਆਹ
سدھ کردے نے جیسے کر لاگے آگ جاگ کھوہا کھد جائے کارج نہ سدھ ہوئے روئے پچھتائی بھائی گردار جی کہنے لگے سنو میں پریمیو تسی سوال کریا بھائی مرن ویلے پرمیشر دا نام لے لانگے کہنے کسے دے گھر نوں لگی اگ رات نوں اگ لگی انہاں نوں پھر جاگ آ گئی جاگ آن تو جڑا مکھی سی انہاں دا سنگی دا او کہن لگیا اگ بجھاونی ہے او کہنے دسو جی پھر جتن کہن لگا ایوں کرو پہلا پاڑ پٹو پھر محل ساراںگے پھر لاہانگے پھر ہٹ لے آوانگے پھر بولد اس طرح ٹنڈا پھر پانی کٹانگے پھر اگ بجاوانگے پردا بھائی گردار جی کہن لگے ایوں دسو تسی گھر دے وچوں تاں نکلدیاں نے لاٹاں ہوں آ جڑا انہوں کا مسورا ہے ٹھیک ہے کہ وہ پاڑ پٹ کے محل سار کے لا کے سارا کچھ پانی کٹ کے کہ اگ بجھ جائے گی جد انہوں نے پاڑ پٹنا انہوں نے تا دساں منٹوں کے سواہ کر دینی ہے گھر کی یہ کارج انہوں کا راس ہو جائے گا ٹھیک ہے انہوں کی کہاوت کہتے نا جی یہ اس طرح تو نہیں ہونا ہاں پاڑ پٹ کے خوہ لایا ہوے لا کے اتنے ہٹ رکھا ہو ساری تیاری ہوے پھر گھر اگ لگ جائے پھر ضرور بجھا لین گے کہ سادھن ہو گیا نا بجھاؤن کا سادھن تو کوئی ہے نہیں پھر وہ کرتا سڑ کے سواہ ہو جاوے گا کہندے ٹھیک ہے بھائی صاحب جی تا تھوڑی گل منن جوگ ہے پھر کہندے اگے آ جاؤ کسے دی کسے دے نال دشمنی ہے وہ جڑے دشمن نے سمے دے انسار اج کل سماں ہے رفنا پستولوں کا اس ٹائم دے وچ ہوندے جی سوٹیاں جا ماڑے موٹے ٹاکوے ہوندے سن وہ دشمن آ کے دراں دے مورے کھڑ کے سارا پروار اندر بیٹھا انہوں نے جڑا مکھی سی باہر کہہ رہا بھائی اپنا روز ریڑکا جا رہا وہ مکا لی ہے جی پنڈا کے ہوں تو پھر جڑے مکھی سی انہوں کا انہوں پوچھنے لگے کی کریے ہوں آپ یہاں شکست دینی ہے فتح آبی پاؤنی ہے یہاں تے کی کریے آپ کی اپا کریے
ਉਹ ਉਪਾਅ ਦੱਸਦਾ ਹੁਣ ਸੁਣ ਲਓ ਕਹਿੰਦਾ ਉਹ ਕਰੋ ਆਪਾਂ ਹੁਣ ਸਾਰੇ ਪਹਿਲਾਂ ਸ਼ਸਤਰ ਵਿੱਦਿਆ ਸਿੱਖਣ ਚੱਲੋ ਨਿਕਲੋਗੇ ਕਿੱਥੋਂ ਦੀ ਕਹਿੰਦੇ ਸ਼ਸਤਰ ਵਿੱਦਿਆ ਸਿੱਖ ਕੇ ਫਿਰ ਇਹਨਾਂ ਦੇ ਆ ਕੇ ਨਾਲ ਲੜਾਈ ਕਰਕੇ ਅਤੇ ਫਿਰ ਇਹਨਾਂ ਨੂੰ ਫਤਿਆਬੀ ਪਾਵਾਂਗੇ ਇਹਨਾਂ 'ਤੇ ਸਕਸ ਦੇਵਾਂਗੇ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਇਹ ਹੋ ਜਾਏਗਾ ਉਹ ਤਾਂ ਸਾਹਮਣੇ ਖੜ੍ਹੇ ਨੇ ਡਾਂਗਾ ਲਈ ਜਦ ਤੁਸੀਂ ਬਾਹਰ ਨਿਕਲੋਗੇ ਉਹਨਾਂ ਨੇ ਤਾਂ ਵਾਪਸ ਕਰ ਲੈਣੀ ਹੈ ਡਾਂਗਾ ਕਿਉਂ ਇਸ ਤਰ੍ਹਾਂ ਫਤਿਆਬੀ ਪਾ ਲੈਣਗੇ ਉਹ ਕਹਿੰਦੇ ਜੀ ਨਹੀਂ ਪਾ ਸਕਦੇ ਹਾਂ ਪਾ ਸਕਦੇ ਨੇ ਪਹਿਲਾਂ ਸ਼ਸਤਰਬਾਜ਼ੀ ਸਿੱਖੀ ਹੋਵੇ ਫਿਰ ਦੁਸ਼ਮਣ ਸਾਹਮਣੇ ਆ ਜਾਵੇ ਫਿਰ ਉਹ ਵਿੱਦਿਆ ਸਿੱਖੀ ਹੋਈ ਕੰਮ ਆਵੇਗੀ ਸਖਸਤ ਦੇ ਦੇਵੇਗਾ ਉਸਨੂੰ ਫਤਿਹ ਆਪੀ ਹਾਸਲ ਕਰੇਗਾ ਜੇ ਕਹੇ ਵੀ ਮੂਹਰੇ ਦੁਸ਼ਮਣ ਖਰਾ ਮੈਂ ਹੁਣ ਵਿੱਦਿਆ ਸਿੱਖਣ ਆਉਂਦਾ ਸ਼ਸਤਰ ਵਿੱਦਿਆ ਨਹੀਂ ਹੋਵੇ ਕਹਿੰਦੇ ਠੀਕ ਹੈ ਜੀ ਫਿਰ ਕਹਿੰਦੇ ਪੰਜ ਸੱਤ ਬੰਦੇ ਕਿਸੇ ਯਾਤਰਾ ਨੂੰ ਜਾਣਾ ਸੀ ਬਾਹਰ ਕਹਿੰਦੇ ਚਲੋ ਵੀ ਆਪਾਂ ਚੱਲੀਏ ਰਾਤ ਨੂੰ ਤੁਰ ਚੱਲਦੇ ਹਾਂ ਰਾਤੋ ਰਾਤ ਬਹੁਤ ਬਾਤ ਨਿਬੜ ਜਾਵੇਗੀ ਨਾਲੇ ਠੰਡ ਹੁੰਦੀ ਆ ਅੱਧੇ ਕਹਿੰਦੇ ਤੁਸੀਂ ਚੱਲੋ ਅਸੀਂ ਸਵੇਰੇ ਤੁਹਾਡੇ ਨਾਲ ਰਲ ਜਾਵਾਂਗੇ ਸਵੇਰੇ ਤੁਰਾਂਗੇ ਅਸੀਂ ਭਾਈ ਗੁਰਦਾਸ ਜੀ ਕਹਿਣਗੇ ਜਿਹੜਾ ਰਾਤ ਦਾ ਤੁਰਿਆ ਹੋਇਆ ਕਿ ਉਹ ਸਵੇਰ ਦੇ ਤੁਰਨ ਵਾਲੇ ਨੂੰ ਨਾ ਰਲਣ ਦੇ ਦੇਵੇਗਾ ਕਿ ਨਹੀਂ ਰਲਣ ਦੇਵੇਗਾ ਹੁਣ ਇਹ ਤਾਂ ਰਾਤੋ ਰਾਤ ਨਿਕਲ ਜਾਣਾ 40 ਮੀਲ 50 ਮੀਲ ਉਹ ਕਿਵੇਂ ਕਹਿੰਦੇ ਹਾਂ ਜੀ ਉਹ ਰਲ ਨਹੀਂ ਸਕਦਾ ਹਾਂ ਇਸ ਤਰ੍ਹਾਂ ਦੇ ਨਾਲ ਫਿਰ ਅੱਗੇ ਆ ਗਿਆ ਇਉਂ ਦੱਸੋ ਤੁਸੀਂ ਸਾਰੀ ਉਮਰ ਇਹ ਧੰਦਿਆਂ ਦੇ ਵਿੱਚ ਫਿਰਦਾ ਰਿਹਾ ਨਾ ਤਾਂ ਗੁਰੂ ਵਾਲਾ ਬਣਿਆ ਜਾਂ ਗੁਰੂ ਵਾਲਾ ਹੀ ਨਹੀਂ ਬਣਿਆ ਨੇ ਪਰਮੇਸ਼ਰ ਦੀ ਬੰਦਗੀ ਕੀ ਕਰਨੀ ਆਹ ਕਰਨਾ ਉਹ ਕਰਨਾ ਐਂ ਹੋ ਜਾ ਵਾਹ ਹੋ ਜਾ ਅਤੇ ਜਦ ਫਿਰ ਇਸਦਾ ਅਖੀਰੀ ਵਿਹਲਾ ਆਵੇਗਾ ਕਿ ਇਹ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੇਗਾ ਉਹ ਪਿਛਲਿਆਂ ਦ੍ਰਿਸ਼ਟਾਂਤਾਂ ਨੇ ਗੱਲ ਸਿੱਧ ਕਰ ਦਿੱਤੀ ਬਈ ਨਹੀਂ ਪਰਮੇਸ਼ਰ ਦਾ ਨਾਮ ਯਾਦ ਆਵੇਗਾ ਇਹ ਫਿਰ ਮਾਇਆ ਨੂੰ ਯਾਦ ਕਰੇਗਾ ਨਹੀਂ ਆਵੇ ਆਓ ਇਸ ਤਰ੍ਹਾਂ ਦੇ ਨਾਲ ਜੇ ਪਹਿਲਾਂ ਸਿਮਰਨ ਕਰਦਾ ਹੋਵੇਗਾ ਗੁਰੂ ਵਾਲਾ ਬਣਿਆ ਹੋਵੇਗਾ ਪਦਾਰਥਾਂ ਦੇ ਵਿੱਚ ਰਹੇ ਪਿਆਰ ਹੋਵੇ ਨਾਮ ਔਰ ਗੁਰੂ ਨਾਲ ਫਿਰ ਤਾਂ ਇਹ ਨਾਮ ਲੈ ਸਕਦਾ ਵਰਨਾ ਨਹੀਂ ਲੈ ਸਕਦਾ ਜਦ ਤੂੰ ਜਵਾਨ ਉਮਰ ਦੇ ਵਿੱਚ ਨਾਮ ਨਹੀਂ ਲੈ ਸਕਦਾ ਫਿਰ ਮਰਨ ਵੇਲੇ ਕਿਵੇਂ ਲੈ ਲਏਗਾ ਨਾਮ ਨਹੀਂ ਲੈ ਸਕਦਾ ਪੜ੍ਹੋ ਵੇਲੇ ਰਾਮ ਨਾਮ ਲਿਓ ਲਾਈਏ ਨਾਲ ਕਹਿਕੇ ਰਾਮ ਨਾਮ ਲਿਓ ਲਾਈਏ ਨਾਲ ਕਹਿਕੇ ਰਾਮ ਨਾਮ ਲਿਓ ਲਾਈਏ ਨਾਲ ਕਹਿਕੇ ਰਾਮ ਨਾਮ ਲਿਓ ਲਾਈਏ Thank you.
ਪਰਮੇਸ਼ਰ ਦੀ ਬੰਦਗੀ ਕਰੇਗਾ ਤਦ ਮਰਨ ਵੇਲੇ ਨਾਮ ਦਾ ਸਿਮਰਨ ਹੋਵੇਗਾ ਵਰਨਾ ਨਹੀਂ ਹੋਵੇਗਾ। ਤੁਸੀਂ ਇਸ ਮੁਲਕ ਦਾ ਦੇਖੋ, ਹਾਂ ਤਾਂ ਆਪਾਂ ਹੋਰ ਮੁਲਕ ਦੇ, ਆਪਣਾ ਲਿਬਾਸ ਵੀ ਆਪਣੇ ਮੁਲਕ ਦਾ। ਇੱਧਰ ਤੁਸੀਂ ਹੁਣ ਨਿਗਾਹ ਮਾਰ ਕੇ ਦੇਖੋ, ਸਿਮਰਨ ਕਿਵੇਂ ਕਰ ਲਾਂਗੇ ਆਪਾਂ ਤਾਂ ਲਿਬਾਸ ਵੀ ਛੱਡ ਗਏ, ਲਿਬਾਸ ਵੀ ਇਸ ਮੁਲਕ ਦਾ ਧਾਰਨ ਲੱਗ ਗਏ। ਗੁਰਮੁਖੋ, ਜਦ ਲਿਬਾਸ ਇਸ ਮੁਲਕ ਦਾ, ਕਰਤੱਵ ਵੀ ਇਸ ਮੁਲਕ ਦੇ ਨੇ, ਜਦ ਫਿਰ ਅੰਤ ਆਵੇਗਾ ਕਿ ਇਹ ਨਾਮ ਨਾਲ ਮਿਲਾ ਲਏਗਾ। ਵਿਚਾਰਸ਼ੀਲ ਗੱਲ ਹੈ ਗੁਰਮੁਖੋ, ਇਹਦਾ ਮਨ ਕਾਹਦੇ ਨਾਲ ਲੱਗੇਗਾ ਫਿਰ ਜਿਹਦੇ ਆਲੇ ਦੁਆਲੇ ਫਿਰਦਾ ਰਿਹਾ ਸਾਰੀ ਉਮਰ, ਪੱਬਾਂ ਦੇ ਕਲੱਬਾਂ ਦੇ ਨੱਚਣਾ ਸੱਚਣਾ ਸਾਰਾ ਜੋਗ ਕਿਰਿਆ, ਲੀੜੇ ਵੀ ਇੱਥੇ ਆਲਿਆਂ ਵਾਲੇ ਨੇ, ਬੁੜੀਆਂ ਛਾਣ ਨਹੀਂ ਹੁੰਦੀਆਂ ਵੀ ਇੰਡੀਆ ਦੀਆਂ ਨੇ ਕਿ ਇੱਧਰ ਲੀਆਂ। ਦੱਸੋ ਫਿਰ ਨਾਮ ਨਾਲ ਕਿਵੇਂ ਲਿਵ ਲਾ ਲਓਗੇ ਤੁਸੀਂ, ਜਦ ਆਪਣੀ ਇਨਸਾਨ ਜਾਤ ਹੀ ਭੁੱਲ ਗਿਆ, ਉਹਨੇ ਕੀ ਰੰਗ ਲਾਉਣਾ ਕਹਾਂ। ਉਹਦੀ ਆਸ ਨਹੀਂ ਹੈ ਵੀ ਪਰਮੇਸ਼ਰ ਦੇ ਪਾਸੇ ਲੱਗ ਜਾਏਗਾ। ਹੋ ਇਸ ਤਰ੍ਹਾਂ ਦੇ ਨਾਲ ਭਾਈ ਗੁਰਦਾਸ ਜੀ ਨੇ ਸਿੱਧ ਕਰੀ ਗੱਲ, ਦੱਸਿਆ ਵੀ ਸਾਰੋ ਦਿਨ ਸਮਜੂਰੀ ਕਰੈ, ਹਰ ਸਿਮਰਨ ਕੀ ਵੇਲਾ ਵੱਜਰ ਸਿਰ ਭਰਾ। ਸਾਰਾ ਦਿਨ ਆਪਾਂ ਦੇਖ ਲਓ ਕਿਵੇਂ ਓਵਰ ਟਾਈਮ ਵੀ ਲਾਉਂਦੇ, ਆਪਣਾ ਟਾਈਮ ਵੀ ਦੂਏ ਦਾ ਵੀ ਲੈ ਲੈਂਦੇ, ਕਾਹਦੇ ਵਾਸਤੇ ਲੈਂਦੇ ਹਾਂ, ਬਈ ਪਾਉਂਡ ਇਕੱਠੇ ਕਰ ਲਈਏ ਪਾਉਂਡ, ਜਾਂ ਇੰਨੀ ਸਖਤ ਨਾਲ ਪਾਉਂਡ ਇਕੱਠੇ ਕਰਦਾ ਇਹ, ਦਿਨ ਰਾਤ ਨਹੀਂ ਸੌਂਦਾ ਅਤੇ ਮਰਨ ਵੇਲੇ ਫਿਰ ਇਹ ਜਪਜੀ ਸਾਹਿਬ ਸੁਣ ਲਓ, ਤੁਹਾਡੇ ਕੋਲ ਸੁਣ ਲਏਗਾ ਨਹੀਂ ਸੁਣਨ, ਉਹਦਾ ਜਿਹੜਾ ਖਿਆਲ ਤਾ ਉਹ ਮਾਇਆ ਦੇ ਵਿੱਚ ਹੈ, ਮੁਸ਼ਕਤ ਦੁਆਰਾ ਉਸਨੇ ਕਮਾਈ ਹੈ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ 13-14 ਸਾਲ ਦੀ ਆਜੂ ਹੈ, ਫੁੱਲ ਹਿੱਲੀ ਜਾਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ। ਮਾਤਾ ਤ੍ਰਿਪਤਾ ਨੇ ਪੁੱਛਿਆ, ਪੁੱਤਰ ਜਦ ਵੀ ਮੈਂ ਦੇਖ ਰਿਹਾ ਤੇਰੇ ਬੁੱਲ ਹਿਲਦੇ ਰਹਿੰਦੇ ਨੇ, ਤੈਨੂੰ ਕੋਈ ਬਿਮਾਰੀ ਲੱਗ ਗਈ? ਕਹਿੰਦਾ ਨਹੀਂ ਮਾਤਾ, ਮੈਨੂੰ ਤਾਂ ਕੋਈ ਬਿਮਾਰੀ ਨਹੀਂ ਹੈ। ਫਿਰ ਬੁੱਲ ਕਿਉਂ ਹਿਲਦੇ ਰਹਿੰਦੇ ਨੇ ਤੇਰੇ? ਕਹਿੰਦਾ ਮੈਂ ਬੁੱਲਾ ਜੀਵ ਦੀ ਮਦਦ ਨਾਲ ਪਰਮੇਸ਼ਰ ਦਾ ਨਾਮ ਕਹਿੰਦਾ ਰਹਿੰਦਾ। ਮਾਤਾ ਨੇ ਫਿਰ ਸ਼ੰਕਾ ਕਰਿਆ, ਪੁੱਤਰ ਠੀਕ ਹੈ, ਭਜਨ ਕਰਨਾ ਕੋਈ ਮਾੜੀ ਗੱਲ ਨਹੀਂ, ਚੰਗੀ ਹੈ, ਮਨੁੱਖਾਂ ਦੇ ਇਸੇ ਵਾਸਤੇ ਮਿਲੀ ਹੈ, ਪਰ ਤੂੰ ਹਰ ਵਕਤ ਹੀ ਤੇਰੇ ਮੈਂ ਬੁੱਲ ਹਿਲਦੇ ਦੇਖਦੀ ਹਾਂ, ਸੁਬਾਹ ਕਰ ਲਿਆ ਕਰ, ਸ਼ਾਮ ਕਰ ਲਿਆ ਕਰ। ਗੁਰੂ ਸਾਹਿਬ ਜੀ ਨੇ ਫਿਰ ਸ਼ਬਦ ਉਚਾਰਨ ਕਰਿਆ, ਗੁਰਮੁਖ ਆਖਾਂ ਜੀਵਾਂ ਬਿਸਰੈ ਮਰ ਜਾਓ, ਮਾਤਾ ਜੇ ਤਾਂ ਮੈਂ ਪਰਮੇਸ਼ੁਰ ਦਾ ਨਾਮ ਕਹਿਣਾ ਉਚਾਰਨ ਕਰਦਾ ਤਾਂ ਮੇਰਾ ਜੀਵਨ ਨਹੀਂ ਮੇਰੀ ਮੌਤ ਆਏ। ਉਹ ਕਹਿੰਦੇ ਨੇ ਪੜ੍ਹੋ, ਆਖਾਂ ਜੀਵਾਂ ਵਿਸਰੇ ਮਰ Thank you.
Oh,
ਇੱਕ ਘੰਟਾ ਗੁਰਦੁਆਰੇ ਆ ਕੇ ਬਾਣੀ ਨਹੀਂ ਸੁਣ ਸਕਦੇ ਗੁਰੂ ਤੇ ਫਿਰ ਮਰਨ ਵੇਲੇ ਕਿਵੇਂ ਨਾਮ ਯਾਦ ਆਵੇਗਾ। ਆ ਲਾਹੌਰ ਇੱਕ ਸੱਜੂ ਭਗਤ ਹੋਇਆ, ਉਸਦਾ ਚਵਾਰਾ ਸੀ ਬਾਰੀਆਂ ਸਨ, ਮੋਰੀਆਂ ਜਿਹਨੂੰ ਕਹਿੰਦੇ ਨੇ। ਉਹ ਬੇਈ ਦੇ ਕਿਨਾਰੇ ਜਾ ਕੇ ਦਿਨੇ ਬੈਠ ਕੇ ਬੰਦਗੀ ਕਰਦਾ ਸੀ। ਹਾੜ ਜੇਠ ਦਾ ਮਹੀਨਾ, ਕਿਸੇ ਸੇਠ ਦੀ ਬਹੁਤ ਵੱਡੀ ਬਿਲਡਿੰਗ ਬਣਦੀ ਹੈ ਤਾਂ ਫਿਰ ਉਹ ਰੋਜ਼ ਸੱਜੂ ਭਗਤ ਛਤਰੀ ਕੋਲ ਲੈ ਜਾਂਦਾ, ਜੇਠ ਹਾੜ ਦਾ ਮਹੀਨਾ। ਫਿਰ ਉਹ 11 ਕੁ ਵਜੇ ਮੁੜਦਾ, ਉਧਰੋਂ ਛਤਰੀ ਲਾ ਕੇ ਉਹ ਜਿੱਥੇ ਬਣਦੀ ਸੀ ਬਹੁਤ ਵੱਡੀ ਬਿਲਡਿੰਗ ਉਹਦੇ ਕੋਲ ਦੀ ਲੱਗਦਾ ਸੀ। ਪਰ ਉਹ ਛਤਰੀ ਲੱਗੀ ਹੋਈ ਆ, ਤੁਰਿਆ ਆਉਂਦਾ ਸਿਮਰਨ ਕਰਦਾ। ਜਿਹੜੇ ਮਕਾਨ ਬਣਾਉਣ ਵਾਲੇ ਲੋਕ ਹੁੰਦੇ ਨੇ ਅੱਧੀ ਸਮਾਨ ਪੈੜਾਂ ਮੰਨੀ ਬੈਠੇ ਨੇ। 10 ਮੰਜ਼ਲਾ ਮਕਾਨ ਦੇਖ ਲਓ ਕਿੰਨਾ ਉੱਚਾ ਹੁੰਦਾ, ਹੁਣ ਤਾਂ ਬਹੁਤ ਵੱਡੇ ਵੱਡੇ 100-100 ਮੰਜ਼ਲਾਂ ਦੇ ਕਰੇਨਾਂ ਨਾਲ ਬਣਾਉਂਦੇ। ਉਹ ਇਸ ਤਰ੍ਹਾਂ ਦੇ ਨਾਲ ਸਾਧਨ ਬਹੁਤ ਹੋ ਗਏ, ਉਸ ਟਾਈਮ ਦੇ ਵਿੱਚ ਪੈੜਾਂ ਹੀ ਹੁੰਦੀਆਂ ਸਨ। ਉਹ ਜਿਹੜੇ ਕੰਧਾਂ ਮਕਾਨ ਉਸਾਰਨ ਵਾਲੇ ਪ੍ਰੇਮੀ, ਧੁੱਪ ਪੈਂਦੀ ਹੈ ਸਮਾਨ 'ਚ ਬੈਠੇ ਨੇ ਤਾਂ ਫਿਰ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਗੁਰਮੁਖ। ਇੱਕ ਕਹਿਣ ਲੱਗਿਆ ਬਈ ਛਤਰੀਆਂ ਲਾ ਕੇ, ਛਤਰੀਆਂ ਲਾ ਕੇ ਤੁਰਿਆ ਕਰਾਂਗੇ, ਪਰਮੇਸ਼ਰ ਦਾ ਭਜਨ ਕਰਨਾ ਚਾਹੀਦਾ, ਨਾਲੇ ਦੁਨੀਆ ਮੱਥੇ ਟੇਕੂਗੀ, ਉਹਤੇ ਜਰਿਆ ਨਾ ਗਿਆ। ਇੱਕ ਇਨਸਾਨ ਨੂੰ ਇੱਕ ਚੀਜ਼ ਚੰਗੀ ਲੱਗਦੀ ਹੈ, ਉਸੇ ਨੂੰ ਬੁਰੀ ਲੱਗਦੀ ਹੈ ਇੱਕ ਚੀਜ਼। ਉਹਨੇ ਗੱਲ ਕਹੀ ਵੀ ਜਦ ਸੱਜੂ ਭਗਤ ਨੂੰ ਸੁਣ ਗਈ ਉਹ ਗੱਲ, ਕੋਈ ਛਤਰੀਆਂ ਲਾ ਕੇ ਤੁਰਿਆ ਕਰਾਂਗੇ, ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਤੇ ਫਿਰ ਦੁਨੀਆ ਮੱਥੇ ਵੀ ਚਿੱਟੇ ਲੀੜੇ ਪਾਇਆ ਕਰਾਂਗੇ। ਸੱਜੂ ਭਗਤ ਨੇ ਸੁਣ ਲਈ ਗੱਲ। ਸੱਜੂ ਭਗਤ ਕਹਿੰਦੇ ਇਹ ਪਰਮੇਸ਼ਰ ਦੀ ਬੰਦਗੀ ਨੂੰ ਖਾਲਾ ਜੀ ਦਾ ਬਾੜਾ ਸਮਝਦੇ ਨੇ, ਕਹਿੰਦੇ ਇਹਨਾਂ ਨੂੰ ਜਣਾ ਦਈਏ ਥੋੜ੍ਹਾ ਜਿਹਾ। ਸਾਰਾ ਲਾਹੌਰ ਜਾਣਦਾ ਸੀ ਸੱਜੂ ਭਗਤ ਨੂੰ। ਜਾਂ ਦੂਏ ਦਿਨ ਜਾਣ ਲੱਗੇ ਰਾਵੀ ਤੇ ਨੂੰ ਉੱਥੇ ਜਾ ਕੇ ਖੜ ਗਏ ਜਿੱਥੇ ਉਹ ਕੰਮ ਕਰਦੇ ਸਨ ਰਾਜ ਲੋਕ। ਕਹਿਣ ਲੱਗੇ ਵੀ ਪ੍ਰੇਮੀਓ, ਇੱਕ ਦਿਨ ਦਾ ਕੰਮ ਹੈ ਮੇਰੇ ਜੇ ਕਰਦੇ ਹੋ। ਕਹਿੰਦੇ ਸਾਡਾ ਉਹ ਵੱਡਾ ਮਿਸਤਰੀ ਆ, ਉਸਨੂੰ ਪੁੱਛ ਲਓ। ਉਹ ਵੀ ਜਾਣਦਾ ਜੀ ਸੱਜੂ ਭਗਤ ਨੂੰ। ਉਹਨੇ ਨਮਸਕਾਰ ਕਰੀ, ਪੁੱਛਿਆ ਮਹਾਰਾਜ ਕੀ ਕੰਮ ਹੈ ਤੁਹਾਡਾ? ਕਹਿੰਦੇ 2 ਕੁ ਦਿਨ ਦਾ ਹੀ ਆ ਸਾਡਾ ਕੰਮ ਤਾਂ।
ਉਹ ਕਹਿੰਦਾ ਸੇਠ ਆਵੇਗਾ ਸ਼ਾਮ ਨੂੰ ਪੁੱਛ ਲਾਂਗੇ ਜੇ ਉਹਨੇ ਇਜਾਜ਼ਤ ਦੇ ਦਿੱਤੀ ਅਸੀਂ ਸਵੇਰੇ ਤੁਹਾਡੇ ਘਰ ਆ ਜਾਵਾਂਗੇ ਕਹਿੰਦੇ ਠੀਕ ਹੈ ਸ਼ਾਮ ਨੂੰ ਸੇਠ ਆਇਆ ਉਹਨਾਂ ਨੇ ਦੱਸਿਆ ਵੀ ਸੰਜੂ ਭਗਤ ਜੀ ਆਏ ਸਨ ਕਹਿੰਦੇ ਆਪਣਾ ਕੰਮ ਤਾਂ ਸਾਲਾਂ ਵੱਧੀ ਹੈ ਵਿੱਚ ਦੀ ਦੋ ਦਿਨ ਕਰਿਆ ਉਸਦਾ ਜਾਗ ਸਵੇਰ ਹੋਈ ਉਹ ਆਪੋ ਆਪਣੇ ਜੋ ਸੰਦ ਹੁੰਦੇ ਤੇਸੀ ਹੁੰਦੀ ਆ ਕਾਂਡੀ ਹੁੰਦੀ ਹੈ ਲੇਵਲ ਹੁੰਦਾ ਹੈ ਖੋਰ ਹੁੰਦਾ ਰੱਸੀ ਨਾ ਬੰਨਿਆ ਕੰਧ ਸਿੱਧੀ ਦੇਖਦਾ ਹੁੰਦਾ ਉਹ ਇਹੋ ਜਿਹਾ ਗਰਮਾਲਾ ਹੁੰਦਾ ਇੰਨੇ ਕੋਈ ਹੁੰਦੇ ਨੇ ਝੋਲੇ 'ਚ ਹੀ ਪੈ ਜਾਂਦੇ ਆਹ ਜਿਹੜੀ ਲੱਕੜੀ ਦਾ ਕੰਮ ਕਰਦੇ ਨੇ ਲੱਕੜੀ ਦਾ ਉਹਨਾਂ ਕੋਲ ਬਹੁਤ ਸੰਦ ਹੁੰਦੇ ਹਨ ਸਵੇਰੇ ਸਵੇਰੇ ਉਹ ਆ ਗਏ ਸੰਜੂ ਭਗਤ ਕਹਿੰਦਾ ਇਸ਼ਨਾਨ ਕਰ ਲਿਆ ਭਾਈ ਕਹਿੰਦੇ ਜੀ ਹਾਂ ਹਾੜ ਦਾ ਮਹੀਨਾ ਇਸ਼ਨਾਨ ਕਰੇ ਹੀ ਲਈਦਾ ਪਿਛਲੇ ਸਮਿਆਂ ਦੇ ਵਿੱਚ ਐਸਾ ਸਮਾਂ ਸੀ ਬਹੁਤ ਲੋਕ ਇਸ਼ਨਾਨ ਨਹੀਂ ਸਨ ਕਰਦੇ ਹੁੰਦੇ ਅੱਜ ਕੱਲ੍ਹ ਜ਼ਮਾਨਾ ਹੋਰ ਆ ਗਿਆ ਸਾਡੇ ਪਿੰਡ ਦੇ ਲਾਗ ਬਟਾਰੀ ਪਿੰਡ ਆ ਜਾਣੀ ਡੇਰੇ ਦੇ ਲਵੇ ਹੀ ਹੈ ਤਾਂ ਇੱਕ ਪ੍ਰੇਮੀ ਹਰੀਜਨ ਸੀਗਾ ਕਹਿਣ ਲੱਗੇ ਵੀ ਤੂੰ ਨਾ ਲੈਂਦਾ ਹੁੰਦਾ ਕਹਿੰਦਾ ਵੀ ਸੁਣ ਲਓ ਕਹਿੰਦਾ ਜਿੱਦਣ ਮੇਰਾ ਵਿਆਹ ਸੀ ਉੱਦਣ ਮੈਨੂੰ ਨੜਾਇਆ ਸੀਗਾ ਜਾਹੇ ਜੇ ਲੋਕ ਹੁੰਦੇ ਸਨ ਅੱਜ ਕੱਲ੍ਹ ਤਾਂ ਨਿੱਕੇ ਨਿੱਕੇ ਬੱਚੇ ਨਾ ਲੈਂਦੇ ਕਹਿੰਦੇ ਚੰਗਾ ਫਿਰ ਪੰਜ ਇਸ਼ਨਾਨਾ ਕਰ ਲਓ ਹੁਣ ਸਹੀ ਬੋਲਾ ਹੈ ਦੋ ਪੈਰ ਦੋ ਹੱਥ ਮੂੰਹ ਧੋ ਲਓ ਪੰਜ ਇਸ਼ਨਾਨਾ ਹੋ ਗਿਆ ਸੰਜੂ ਭਗਤ ਨੇ ਚੁਬਾਰੇ 'ਚ ਆਸਣ ਵਸਾ ਕੇ ਇੱਕ ਮਾਲਾ ਰੱਖ ਦਿੱਤੀ ਉੱਤੇ ਚਲਿਆ ਗਿਆ ਕਹਿਣ ਲੱਗਿਆ ਬੈਠ ਜਾਓ ਆਸਣਾਂ 'ਤੇ ਬਹਿ ਗਏ ਆ ਫੜੋ ਮਾਲਾ ਇੱਕ ਮਣਕੇ ਦੇ ਨਾਲ ਪਰਮੇਸ਼ਰ ਦਾ ਨਾਮ ਕਹੀ ਚੱਲੋ ਦੁਪਹਿਰੇ ਪ੍ਰਸ਼ਾਦਾ ਛਕ ਕੇ ਆਰਾਮ ਕਰਿਓ ਫਿਰ ਸ਼ਾਮ ਨੂੰ ਫੇਰ ਨਹੀਂ ਸ਼ੁਰੂ ਕਰ ਦਿਓ ਤੁਹਾਨੂੰ ਉਜਰਤ ਪੈਸੇ ਸ਼ੇਸ਼ ਨਾਲੋਂ ਜ਼ਿਆਦਾ ਦੇਵਾਂਗੇ ਇਉਂ ਕਹਿ ਕੇ ਭਗਤ ਜੀ ਥੱਲੇ ਉਤਰਿਆ ਤਾਂ ਉਹਨਾਂ ਨੇ ਮਾਲਾ ਤਾਂ ਹੱਥ 'ਚ ਫੜ ਲਈ ਹੁਣ ਦੂਏ ਦੇ ਦੂਏ ਕੰਨੀ ਨੂੰ ਝਾਕਦਾ ਕਰਿਆ ਨਹੀਂ ਨਾ ਕਦੇ ਕਰੂ ਜਿਹੜੇ ਕਰਦੇ ਨੇ ਉਹਨਾਂ ਦੀ ਵਾਪਸਤਾ ਗੁਰੂ ਸਾਹਿਬ ਨੇ ਉਹ ਲਿਖਿਆ ਚੌਥੇ ਪਹਿਰ ਸਵਾ ਕੇ ਸੁਰਤਿਆਂ ਉਪਜੈ ਚਾਓ ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਨਾਮ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਤਾਂ ਚਾਰਾਂ ਦਾ ਵੀ ਕਦ ਦੋ ਵੱਜਣ ਕਦ ਇਸ਼ਨਾਨ ਕਰਕੇ ਅਤੇ ਸੁਰਤ ਨੂੰ ਨਾਮ ਨਾਲ ਜੋੜ ਕੇ ਉਹ ਆਤਮਾ ਨਾਲ ਜੋੜੀਏ ਤਾਂ ਕੋਈ ਕੋਈ ਹੁੰਦਾ ਕੋਈ ਆਪਸ ਵਿੱਚ ਗੱਲਾਂ ਜਿਹੀਆਂ ਕਰਨ ਲੱਗ ਗਏ ਕਹਿੰਦੇ ਸਾਨੂੰ ਕੀ ਕੰਮ ਦੱਸਤਾ ਭਗਤ ਨੇ ਇਹ ਸਾਡਾ ਕੰਮ ਤਾਂ ਇੱਟਾਂ ਭੰਨਣਾ ਖੈਰ ਗੱਲਾਂ ਸੁਣ ਲਈਆਂ ਥੱਲੇ ਸੱਜੂ ਥੱਲੇ ਹੀ ਖੜਾ ਸੀ ਚਲਿਆ ਗਿਆ ਕਹਿੰਦੇ ਪ੍ਰੇਮੀਓ ਤੁਸੀਂ ਕੰਮ ਨਹੀਂ ਸ਼ੁਰੂ ਕਰਿਆ ਕਹਿੰਦਾ ਸੱਜੂ ਭਗਤ ਜੀ ਤੁਸੀਂ ਸਾਡਾ ਕੰਮ ਦੱਸੋ ਸਾਤੋਂ ਨਹੀਂ ਹੁੰਦਾ ਹੈ ਕਹਿਣ ਲੱਗੇ ਵੀ ਪਰਮੇਸ਼ਰ ਦਾ ਭਜਨ ਕਰਨਾ ਤਾਂ ਹਰ ਇੱਕ ਦਾ ਹੀ ਕੰਮ ਹੈ ਪੁਰਾਣੀ ਮਾਤਰ ਦਾ ਹੀ ਕੰਮ ਤੁਸੀਂ ਭਜਨ ਕਰੋ ਨਾਲੇ ਛਤਰੀਆਂ ਲਾਇਆ ਕਰੋਗੇ ਅਤੇ ਨਾਲੇ ਫਿਰ ਚਿੱਟੇ ਲੀੜੇ ਪਾਇਆ ਕਰੋਗੇ ਅਤੇ ਨਾਲੇ ਤੁਹਾਨੂੰ ਲੋਕ ਮੱਥਾ ਟੇਕਿਆ ਕਰਨਗੇ ਕਹਿੰਦੇ ਦੁਆਈ ਹੈ ਭਗਤ ਜੀ ਸਾਤੇ ਨਹੀਂ ਹੁੰਦਾ ਸਾਨੂੰ ਤਾਂ ਇੱਟਾਂ ਬਣਾ ਲਓ ਜਿਹੜੀਆਂ ਬਣਾ ਸੁਭਾਅ ਨਹੀਂ ਹੈ ਪਰਮੇਸ਼ਰ ਦਾ ਭਜਨ ਕਰਨਾ ਬੜਾ ਔਖਾ ਹਰ ਇੱਕ ਕੰਮ ਆਦਮੀ ਕਰ ਲਵੇਗਾ ਪਰ ਭਜਨ ਕਰਨਾ ਬੜਾ ਔਖਾ ਗੁਰੂ ਕੋ ਪੜੋ ਪ੍ਰੇਮ ਨਾਲ ਜਿਹਨੇ ਕਰ ਲਿਆ ਉਹਦਾ ਤਾਂ ਫਿਰ ਕਹਿਣਾ ਆਖਣੇ ਔਖਾ ਹੈ Thank you.
ਸਿਮਰਨ ਜੇ ਤਾਂ ਇਹ ਸਿਮਰਨ ਜਵਾਨ ਉਮਰ ਦੇ ਵਿੱਚ ਕਰੇਗਾ ਤਾਂ ਫਿਰ ਬੁਢੇਪੇ 'ਚ ਵੀ ਯਾਦ ਰਹੇਗਾ। ਜਦ ਫਿਰ ਇਹਦੀ ਮੌਤ ਆਵੇਗੀ ਫਿਰ ਵੀ ਸਿਮਰਨ ਯਾਦ ਰਹੇਗਾ। ਜਿਹੜੇ ਖਿਆਲ ਦੇ ਨਾਲ ਸਾਰੀ ਉਮਰ ਗੁਜ਼ਾਰੀ ਹੈ ਤਾਂ ਫਿਰ ਖਿਆਲ ਤਾਂ ਉਹਨਾਂ ਹੀ ਬਹਿਣਾ ਦੇ ਵਿੱਚ ਬਹਿਆ ਰਹੇਗਾ। ਆਹ ਦੱਸਿਆ ਵੀ ਅੰਤਕਾਲ ਜੋ ਲਕਸ਼ਮੀ ਸ਼ਿਵਰ ਹੈ ਮਾਇਆ ਨੂੰ ਯਾਦ ਕਰਦਾ ਹੋਇਆ ਜਿਹੜਾ ਪ੍ਰੇਮੀ ਸਰੀਰ ਛੱਡੇਗਾ ਕਿਸੇ ਬਿਆਦਰੀ ਦਾ ਚਾਹੇ ਕੋਈ ਇਹ ਸੂਲ ਹੈ ਪਰਮੇਸ਼ਰ ਦਾ ਸਾਰਿਆਂ ਵਾਸਤੇ ਕੋਈ ਉਹਦੀ ਜਿਹੜੀ ਰੂਹ ਆ ਨਾ ਜੀਵ ਕਹਿੰਦੇ ਨੇ ਜਿਹਨੂੰ ਜੀਵ ਆਤਮਾ ਉਹ ਫਿਰ ਸੱਪ ਦੇ ਸਰੀਰ 'ਚ ਚਲਿਆ ਜਾਵੇ। ਹੁਣ ਸੱਪ ਦੇ ਸਰੀਰ ਦੇ ਵਿੱਚ ਰੂਹ ਗਈ ਹੋਈ ਨੂੰ ਜਾਣਦਾ ਕੌਣ ਹੈ? ਇਹ ਤਾਂ ਗੁਰੂ ਜਾਣਦਾ। ਇਹ ਫਿਰ ਤਰਕਾਲੀ ਮਹਾਤਮਾ ਹੋਵੇ ਕੋਈ ਗੁਰਸਿੱਖ ਉਹ ਜਾਣਦਾ। ਆਓ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਸੂਰਮੇ ਸਿੱਖਾਂ ਨੂੰ ਨਾਲ ਲੈ ਕੇ ਵਹਾਰ ਨੂੰ ਟਹਿਲਣ ਜਾਂਦੇ ਨੇ। ਜੰਗਲ ਦੇ ਵਿੱਚੋਂ ਸੱਪ ਨਿਕਲਿਆ ਗੁਰਮੁਖੋ ਸੱਪ ਸਿੱਧਾ ਛੇਵੇਂ ਪਾਤਸ਼ਾਹ ਮਹਾਰਾਜ ਕੰਨੀ ਨੂੰ ਆਉਂਦਾ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਤੀਰ ਮਾਰਿਆ ਉਸ ਸੱਪ ਦੇ, ਉਹਦਾ ਦੇਹਾਂਤ ਹੋ ਗਿਆ, ਮਰ ਗਿਆ ਸੱਪ। ਸਿੱਖ ਕਹਿਣ ਲੱਗੇ ਮਹਾਰਾਜ ਜੀ ਇਹ ਸੱਪ ਨੂੰ ਮਾਰ ਦਿੱਤਾ ਆਪਨੇ। ਕਹਿਣ ਲੱਗੇ ਅਗੁਰ ਸਿੱਖੋ ਇਹ ਤਾਂ ਸਾਡਾ ਸਿੱਖ ਤੀ ਸਿੱਖ, ਫਿਰ ਮਹਾਰਾਜ ਇਹ ਸੱਪ ਦੀ ਜੁਨੀ 'ਚ ਕਿਉਂ ਆ ਗਈ ਇਹਦੀ ਰੂਹ ਸਿੱਖ ਦੀ? ਕਹਿਣ ਲੱਗੇ ਲੈ ਸੁਣ ਲਓ ਇਹ ਲੰਗਰ ਦੇ ਵਿੱਚ ਸੇਵਾ ਕਰਦਾ ਹੁੰਦਾ ਸੀ, ਲੰਗਰ ਗੁਰੂ ਕੇ ਲੰਗਰ 'ਚ। ਇਹ ਗੁਰੂ ਕੇ ਲੰਗਰੋਂ ਮਾਇਆ ਚਰਾ ਕੇ ਜਮ੍ਹਾਂ ਕਰਨੀ ਸ਼ੁਰੂ ਕਰਤੀ ਇਸਨੇ ਮਾਇਆ, ਰੱਖੀ ਗਿਆ ਮਾਇਆ ਨੂੰ ਇਕੱਠੀ ਕਰ ਕਰਕੇ। ਜਾਣਾ ਸਭ ਨੇ ਆ ਗੁਰਮੁਖੋ, ਇੱਥੇ ਰਹਿਣਾ ਕਿਸੇ ਨਹੀਂ ਹੈ। ਗੁਰੂ ਸਾਹਿਬ ਨੇ ਲਿਖਿਆ ਨਾ ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਨੈ, ਧੀਰ ਗਰੀਬ ਹੈ ਵੀਰ ਹੈ ਰਾਜਾ ਰਾਣਾ ਅਵਤਾਰ ਹੈ ਮੁਨੀ ਹੈ, ਸਭ ਨੇ ਇੱਕ ਦਿਨ ਇਸ ਦੁਨੀਆਂ ਤੋਂ ਤੁਰ ਜਾਣਾ, ਪਰ ਜਾਣ ਜਾਣ ਫਰਕ ਹੈ ਬੜੋ ਬੜੇ।
ਸਮੁੰਦਰ ਦੇ ਵਿਚਾਲੇ 360 ਕੋ ਦੇ ਵਿੱਚ ਸੋਨੇ ਦੇ ਮੰਦਰ ਸੋਨੇ ਦੀਆਂ ਦੀਵਾਰਾਂ ਸੀ ਗੁਰਮੁਖ ਮਿੱਟੀ 'ਚ ਮਿਲ ਗਈਆਂ ਕੋਈ ਨਾਂ ਲੈਂਦਾ ਕਬੀਰ ਸਾਹਿਬ ਜੀ ਕਹਿੰਦੇ ਜਦ ਇਹੋ ਜਿਹੇ ਚਲੇ ਗਏ ਜਦ ਰਹਿਣਾ ਹੀ ਨਹੀਂ ਇੱਥੇ ਕਿਆ ਮੰਗੋ ਕਿ ਸਥਿਰ ਨਾ ਰਹਾਈ ਜਦ ਰਹਿਣਾ ਹੀ ਨਹੀਂ ਫਿਰ ਮੰਗਣਾ ਕੀ ਹੈ ਫਿਰ ਤਾਂ ਨਾਮ ਮੰਗੋ ਪੜੋ ਪ੍ਰੇਮ ਨਾਲ ਥੋੜ੍ਹਾ ਆਪਾਂ ਨੂੰ ਪਤਾ ਨਹੀਂ ਤੇਰੇ ਨਾਮ ਤੋਂ ਬਿਨਾਂ ਆਪਣੇ ਵਰਗਾ ਤਾਂ ਦੁਖੀ ਕੋਈ ਹੈ ਹੀ ਨਹੀਂ ਗੁਰੂ
ਕੋਈ ਕਹਿੰਦਾ ਮੇਰੀ ਲੋਹ ਨਹੀਂ ਘਰ ਵੜਦੀ ਇੱਥੇ ਦਾ ਅਸੂਲ ਹੈ ਜਦੇ ਘੂਰੋ ਜਦੇ ਪੁਲਸਾ ਖੜਦੀ ਹੈ ਕੀ ਆਪਣਾ ਜੀਵਨ ਹੈ ਗੁਰੂ ਸਾਹਿਬ ਸਿੱਖ ਦਾ ਜੀਵਨ ਤਾਂ ਨਾਮ ਹੁੰਦਾ ਹੈ ਨਾਮ ਨੂੰ ਛੱਡ ਕੇ ਕੋਈ ਹੋਰ ਕਾਪੀ ਕਰ ਲਈ ਆਪਾਂ ਨੇ ਤਾਂ ਇਸ ਕੌਪੀ ਨੇ ਆਪਣਾ ਨੂੰ ਰੱਬ ਤੋਂ ਇਤਨਾ ਦੂਰ ਲੈ ਜਾਣਾ ਮੈਜ ਨਹੀਂ ਵੀ ਆਪਾਂ ਨੇੜੇ ਚਲੇ ਜਾਵਾਂਗੇ ਰੱਬ ਤੋਂ ਆਓ ਦੱਸਿਆ ਵੀ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਪੁੱਤਰੇ ਮਨ ਕੀ ਭੁੱਖ ਜਦ ਇਹ ਸਿਮਰਨ ਕਰੇਗਾ ਨਾ ਆ ਜਿਹੜੇ ਪਦਾਰਥਾਂ ਦੀ ਭੁੱਖ ਲੱਗੀ ਹੋਈ ਆ ਦੂਰ ਹੋ ਜਾਵੇਗੀ ਨਾਮ ਨੇ ਇਸ ਦੇ ਮਨ ਨੂੰ ਠੰਡਾ ਠਾਰ ਕਰ ਦੇਣਾ ਗੁਰੂ ਕਬੀਰ ਸਾਹਿਬ ਜੀ ਕਹਿਣ ਲੱਗੇ ਕਿਆ ਮੰਗੋ ਕੀ ਮੰਗੀਏ ਰੱਬ ਕੋਲੋਂ ਕਿਸ ਥਿਰ ਨਾ ਰਹਾਈ ਜੇ ਰਾਜ ਭਾਗ ਵੀ ਮੰਗ ਲਿਆ ਉਹ ਵੀ ਨਹੀਂ ਰਹਿਣਾ ਹੈ ਕੋਈ ਰਾਜਾ ਰਿਹਾ ਇੱਥੇ ਕੋਈ ਕਿਵੇਂ ਮਰ ਗਿਆ ਕੋਈ ਕੋਈ ਬਦਨਾਮੀ ਲੈ ਕੇ ਮਰ ਗਿਆ ਕੋਈ ਉਹ ਮਰ ਗਿਆ ਮਰ ਉਹਨੇ ਵੀ ਜਾਣਾ ਹੀ ਪਰ ਬਦਨਾਮੀ ਵਾਲਾ ਉਹਨਾਂ ਨਾਲ ਨਹੀਂ ਰਲੇ ਕਿਆ ਮੰਗੋ ਕਿ ਸਥਿਰ ਨਾ ਰਹਾਈ ਦੇਖ ਤਾਂ ਨੈਣ ਚੱਲਿਓ ਜਗ ਜਾਈ ਦੇਖਦੇ ਅੱਖਾਂ ਦੇ ਨਾਲ ਦੁਨੀਆ ਤੁਰੀ ਜਾਂਦੀ ਹੈ ਹਾਂ ਇਨਸਾਨ ਤੈਨੂੰ ਅਜੇ ਵੀ ਭਰੋਸਾ ਨਹੀਂ ਆਇਆ ਅਜੇ ਤੈਨੂੰ ਨੇਚਾ ਨਹੀਂ ਹੋਇਆ ਹੈ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਆ ਹੋਏ ਤੈ ਪਾਸੋਂ ਲੱਦ ਕੇ ਤੂੰ ਅਜੇ ਨਾ ਪਤੀਣੇ ਹੋਏ ਪਿਤਾ ਨੂੰ ਚੱਕ ਕੇ ਜਾ ਕੇ ਸ਼ਮਸ਼ਾਨ ਭੂਮਿਕਾ ਦੇ ਵਿੱਚ ਫੂਕ ਆਇਆ ਵਾ ਰਾਹ 'ਚ ਆਉਂਦਾ ਹੀ ਭੁੱਲ ਗਿਆ ਚੰਗਾ ਹੋ ਗਿਆ ਸਮਾਂ ਹੁਣ ਮੌਜ ਨਾ ਆਪਣਾ ਖਾਵਾਂ ਪੀਵਾਂਗੇ ਬੁੜਾ ਰੋਕਦਾ ਹੁੰਦਾ ਸੀ ਦੱਸੋ ਕੀ ਕਰਾਂਗੇ ਆਪਾਂ ਉਹ ਚੰਗੇ ਪਾਸੇ ਹੀ ਲਾਉਂਦਾ ਸੀ ਬੁੜਾ ਤੁਹਾਨੂੰ ਅੱਜ ਕੱਲ੍ਹ ਬੁੜਿਆਂ ਦੀ ਕੋਈ ਸੁਣਦਾ ਹੀ ਨਹੀਂ ਉਹ ਬੁੜਿਆਂ ਨੂੰ ਚਾਹੀਦਾ ਵੀ ਚੁੱਪ ਕਰਕੇ ਸਿਮਰਨ ਕਰੀ ਜਾਣ ਜਿਹੜਾ ਕਰੂ ਸੋ ਆਪੇ ਮਰੂ ਉਹ ਜਦ ਬਾਹੀ ਨਹੀਂ ਚੱਲਦੀ ਕਿਉਂ ਦੁਖੀ ਹੋਣਾ ਫਿਰ ਉਹ ਇਸ ਤਰ੍ਹਾਂ ਕਿਆ ਮੰਗੋ ਕਿ ਸਿਰ ਨਾ ਰਹਾਈ ਦੇਖ ਤਾਂ ਨੈਣ ਚੱਲਿਓ ਜਗ ਜਾਈ ਲਾਜ ਨਾ ਮਰੋ ਕਹੋ ਘਰ ਮੇਰਾ ਐ ਇਨਸਾਨ ਤੈਨੂੰ ਲੱਜਿਆ ਨਹੀਂ ਆਉਂਦੀ ਕਹਿੰਦਾ ਆਏ ਮੇਰੀਆਂ ਹਵੇਲੀਆਂ ਨੇ ਆਏ ਮੇਰੇ ਮਹਿਲ ਨੇ ਆ ਮੇਰੀਆਂ ਇਸ ਤਰ੍ਹਾਂ ਦੀਆਂ ਮੇਰੀਆਂ ਕੰਪਨੀਆਂ ਨੇ ਇਸ ਤਰ੍ਹਾਂ ਤੈਨੂੰ ਤੈਨੂੰ ਸੂਝ ਨਹੀਂ ਆ ਕੋਈ ਉਹ ਤੇਰਾ ਤਾਂ ਕੁਛ ਹੈ ਹੀ ਨਹੀਂ ਤੇਰਾ ਤਾਂ ਨਾਮ ਹੈ ਜੇ ਤੂੰ ਕੁਛ ਇਕੱਠਾ ਕਰ ਲਵੇਂ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਵਾਰ ਫਿਰ ਮੁੰਡੇ ਘਰ ਵੀ ਚੱਕੀ ਜਾਂਦੇ ਹੁੰਦੇ ਨੇ ਨਾਲੇ ਹੀ ਸ਼ਮਸ਼ਾਨ ਭੂਮਿਕਾ ਸ਼ੁਰੂ ਵੀ ਚਲੋ ਉੱਥੇ ਪਿਤਾ ਨੂੰ ਉੱਥੇ ਛੱਡ ਦਈਏ ਮਹਿਲਾਂ 'ਚ ਰਹੂਗਾ ਨਹੀਂ ਰਹਿਣਾ ਨਹੀਂ ਗੁਰਮੁਖੋ ਪੜੋ ਫਿਰੇ ਨਾਲ ਤੈਨੂੰ ਲਾਜ ਨਾ ਆਵੇ ਉਹ ਕਹੇ ਘਰ
ਸਿੱਖਾਂ ਨੂੰ ਕਹਿਣ ਲੱਗੇ ਵੀ ਇਹਦਾ ਆ ਗਿਆ ਅੰਤ, ਤਾਂ ਫਿਰ ਜਿਹੜੀ ਉਹ ਮਾਇਆ ਲੰਗਰ ਦੀ ਚੋਰੀ ਕਰੀ ਹੋਈ ਸੀ, ਹੁਣ ਇਸਦਾ ਮਨ ਉਹਦੇ ਚ ਚਲਿਆ ਗਿਆ ਮਾਇਆ ਦੇ ਵਿੱਚ, ਉਸ ਫੁਰਨੇ ਦਾ ਫਲ ਇਸ ਨੂੰ ਕੀ ਮਿਲਿਆ, ਇਹ ਸੱਪ ਦੀ ਜੂਨੀ ਦੇ ਵਿੱਚ ਚਲਿਆ ਗਿਆ ਜਿਹੜੀ ਇਸਦੀ ਰੂਹ ਸੀ। ਸਾਨੂੰ ਪਤਾ ਸੀ ਵੀ ਸਾਡਾ ਸਿੱਖਾ ਇਹਦੇ ਕੋਲੋਂ ਗਲਤੀ ਹੋ ਗਈ, ਜਿਵੇਂ ਵਾਲਦੈਨ ਮਾਤਾ ਪਿਤਾ ਆਪਣੇ ਪੁੱਤਰਾਂ 'ਤੇ ਜੇ ਕੋਈ ਗਲਤੀ ਹੋ ਜਾਵੇ ਨਾ ਤਾਂ ਫਿਰ ਉਹ ਚਿਤਾਰਦੇ ਨਹੀਂ ਹੁੰਦੇ। ਗੁਰੂ ਸਾਹਿਬ ਨੇ ਲਿਖਿਆ ਨਾ ਵੀ ਪੁੱਤਰਾਂ ਦੇ ਜਿਹੜੇ ਔਗਣ ਨੇ ਮਾਤਾ ਨਹੀਂ ਚਿਤਾਰਦੀ। ਔਰ ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਆ ਆਪਣੇ ਸਿੱਖ ਪੁੱਤਰਾਂ ਦੇ ਔਗਣ ਉਹ ਵੀ ਨਹੀਂ ਚਿਤਾਰਦਾ। ਖੈਰ ਉਹ ਕਰਮਾਂ ਅਨੁਸਾਰ ਉਸਨੇ ਅੰਤ ਟਾਈਮ ਦੇ ਵੇਲੇ ਉਹ ਮਾਇਆ ਦੇ ਵਿੱਚ ਮਾਇਆ ਦਾ ਸਿਮਰਨ ਕਰਨ ਲੱਗ ਗਿਆ। ਉਹਦਾ ਫਲ ਕੀ ਹੋਇਆ, ਉਹ ਸੱਪ ਦੀ ਜੂਨੀ 'ਚ ਚਲਿਆ ਗਿਆ। ਗੁਰੂ ਆਓ ਅੰਤਕਾਲ ਜੋ ਲਛਮੀ ਸਿਮਰ ਹੈ, ਐਸੀ ਚਿੰਤਾ ਮੈਂ ਜੇ ਮੇਰਾ ਸਰਪ ਜੋਨ ਵੱਲ ਵੱਲ ਅਵਤਰਾ ਹਰੀ ਵਾਈ ਗੋਬਿੰਦ ਨਾਮ ਮਤ ਵਿਸਰ, ਪਰਮੇਸ਼ਰ ਦੇ ਨਾਮ ਨੂੰ ਨਹੀਂ ਵਿਸਾਰਨਾ ਚਾਹੀਦੀ। ਅੰਤਕਾਲ ਜੋ ਇਸਤਰੀ ਸਿਮਰ ਹੈ, ਐਸੀ ਚਿੰਤਾ ਮੈਂ ਜੇ ਮੇਰਾ ਵਿਸਵਾ ਜੋਨ ਵੱਲ ਵੱਲ ਅਵਤਰਾ। ਮਰਨ ਵੇਲੇ ਆਦਮੀ ਦਾ ਇਸਤਰੀ ਇਸਤਰੀ ਦਾ ਆਦਮੀ ਖਿਆਲ ਰਹਿ ਗਿਆ ਨਾ, ਕਹਿੰਦੇ ਉਹ ਵਿਸਵਾ ਦੀ ਜੂਨੀ 'ਚ ਜਾਂਦੀ ਆ ਉਹਦੀ ਰੂਹ ਗੁਰਮੁਖ। ਆ ਜਿਹੜੀ ਗਨਕਾ ਸੀ ਇਸੇ ਤਰ੍ਹਾਂ ਜਿਹੜਾ ਪਿਛਲਾ ਪ੍ਰਸੰਗ ਸੀ ਜਿਹੜਾ ਅੰਤਕਾਲ ਜੋ ਲੜਕੇ ਸਿਵਰ ਹੈ, ਮਰਨ ਵੇਲੇ ਜਿਹੜਾ ਪੁੱਤਰਾਂ ਨੂੰ ਹਾਕਾ ਮਾਰਦਾ। ਅਸੀਂ ਉੱਧਰ ਦੇਖਿਆ ਇੰਡੀਆ ਦੇ ਵਿੱਚ, ਸਾਨੂੰ ਆ ਕੇ ਪ੍ਰੇਮੀ ਦੱਸਦੇ ਨੇ ਜੀ ਫਲਾਨੇ ਦਾ ਮੁੰਡਾ ਬਲੈਤ ਸੀ, ਉਹ ਮੁੰਡੇ ਨੂੰ ਯਾਦ ਕਰਦਾ ਹੀ ਮਰ ਗਿਆ। ਹਾਏ ਮੇਰਾ ਮੁੰਡਾ ਬਲੈਤ ਹੈ, ਅਜੇ ਮੁੰਡਾ ਮੇਰਾ ਆ ਜਾਂਦਾ ਮੇਰਾ ਮੂੰਹ ਦੇਖ ਲੈਂਦਾ। ਪਰ ਅੱਗੇ ਤੇਰਾ ਮੂੰਹ ਦੇਖਿਆ ਨਹੀਂ ਉਹਨੇ ਕਦੇ, ਤੇਰੇ ਕੋਲ ਹੀ ਪੜਿਆ ਇੱਥੇ ਮੁੰਡਾ ਉਹ। ਹਾਏ ਇਸ ਤਰ੍ਹਾਂ ਦੇ ਨਾਲ ਉਹ ਯਾਦ ਕਰਦਾ ਮਰ ਜਾਂਦਾ, ਫਿਰ ਕਿੱਥੇ ਜਾਂਦਾ ਕਹਿੰਦੇ ਇਹ। ਅੰਤਕਾਲ ਜੋ ਲੜਕੇ ਸਿਮਰਾਏ ਸੀ ਚਿੰਤਾ ਮੈਂ ਜੇ ਮਰੇ ਸੂਕਰ ਜੋਨ ਬਲ ਬਲ ਅਵਤਾਰਾ। ਕਹਿੰਦੇ ਸੂਰੀ ਆ ਦੇਖ ਲਓ, ਇੱਧਰ ਤਾਂ ਅੰਗਰੇਜ਼ਾਂ ਦੇ ਰੱਖੇ ਹੋਏ ਨੇ ਝੋਟਿਆਂ ਵਰਗੇ ਸੂਰ ਨੇ, ਵੀਹ ਬੱਚੇ ਦਿੰਦੀ ਆ ਇੱਕ ਇੱਕ ਸੂਰੀ। ਦੇਖਦੇ ਹੋ ਨਵਾਜ ਦੇਵ 'ਚ ਜਾ ਕੇ ਕਿੰਨੇ ਬੈਠੇ ਹੁੰਦੇ ਨੇ ਉਹਦੇ ਕੋਲ। ਅਸੀਂ ਵੀ ਦੇਖਿਆ ਅਫਰੀਕਾ 'ਚ, ਅਸੀਂ ਮਹਾਰਾਜ ਦੀ ਕਿਰਪਾ ਨਾਲ ਚਲੇ ਗਏ ਅਫਰੀਕਾ 'ਚ, ਉੱਥੇ ਜੰਗਲ 'ਚ ਅਸੀਂ ਮੈਂ ਪਰੇ ਨੂੰ ਚਲਿਆ ਗਿਆ ਟਹਿਲਦਾ ਟਹਿਲਦਾ, ਜਦ ਮੈਂ ਗਾਹਾਂ ਦੇਖਿਆ ਇੱਕ ਬਾੜਾ ਜਿਹਾ ਬਣਿਆ, ਉਹਦੇ ਵਿੱਚ ਸੂਰ ਬੈਠੇ ਬੂਰੇ, ਉਹਨਾਂ ਦੇ ਝੋਟਿਆਂ ਜਿਹੜੇ ਜਿਹੜੇ ਹੋ ਸੂਰ ਬਚੇ ਹੀ ਬਚੇ ਫਿਰਨ ਉੱਥੇ। ਆਹ ਇਸ ਤਰ੍ਹਾਂ ਦੇ ਕਹਿੰਦੇ 12 ਬੱਚੇ ਹੁੰਦੇ ਨੇ ਸੂਰੀ ਦੇ, ਹੁਣ ਤਾਂ ਆਪਣੇ ਵੀਡੀਆਂ ਦੇ ਵਿੱਚ ਰੂੜੀਆਂ 'ਤੇ ਫਿਰਦੇ, ਅੱਗੇ ਜੰਗਲ ਦੇ ਜਾਨਵਰ ਨੇ। ਕਹਿੰਦੇ ਮਰਨ ਵੇਲੇ ਜਿਹਦਾ ਖਿਆਲ ਨਾ ਪੁੱਤਰਾਂ ਧੀਆਂ ਦੇ ਵਿੱਚ ਰਹਿ ਗਿਆ, ਉਹ ਫਿਰ ਕਹਿੰਦੇ ਸੂਰੀ ਦੀ ਜੂਨੀ 'ਚ ਜਾਵੇਗਾ ਸੂਰੀ। ਅੱਗੇ ਆ ਜਾਓ ਅੰਤਕਾਲ ਜੋ ਮੰਦਰ ਸਿਮਰੇ, ਆ ਜਿਹੜੇ ਮਹਿਲ ਪਾਉਂਦੇ ਆਪਾਂ ਪਿੰਡਾਂ ਦੇ ਵਿੱਚ ਕੋਠੀਆਂ, ਚੰਡੀਗੜ੍ਹ 'ਚ ਕੋਠੀ ਲੈਣੀ ਹੈ ਜੀ, ਬਲੈਸ ਤੋਂ ਆਇਆ ਮੁੰਡਾ ਚੰਡੀਗੜ੍ਹ 'ਚ ਕੋਠੀ ਲਈ ਜਾਓ। ਆਹ ਬਹੁਤ ਹੀ ਗੱਲਾਂ ਸਾਨੂੰ ਸਭ ਦੁਨੀਆ ਸਾਡੇ ਕੋਲ ਆਉਂਦੀ ਜਾਂਦੀ ਰਹਿੰਦੀ ਹੈ। ਅੰਤਕਾਲ ਜੋ ਮੰਦਰ ਸਿਮਰੈ, ਜਿਹਨੇ ਸਾਈ ਸਾਰੀ ਕਮਾਈ ਤਾਂ ਕੋਠੀ 'ਤੇ ਲਾ, ਅਤੇ ਫਿਰ ਜਦ ਉਹ ਮਰੂਗਾ ਯਾਦ ਕਿਹਨੂੰ ਕਰੂਗਾ, ਉਹ ਤਾਂ ਦੇਖੂਗਾ ਚਿੱਤਰਕਾਰੀਆਂ ਕਰੀਆਂ ਹੋਈਆਂ। ਫਿਰ ਦੱਸਿਆ ਵੀ ਜਦ ਇਹ ਮੰਦਰ ਸਿਮਰਦਾ ਮਰਦਾ ਨਾ, ਮੰਦਰਾਂ ਨੂੰ ਯਾਦ ਕਰਦਾ ਮਰਦਾ, ਫਿਰ ਇਹ ਪ੍ਰੇਤ ਦੀ ਜੂਨੀ ਦੇ ਵਿੱਚ ਚਲਿਆ ਜਾਂਦਾ ਰੂਹਾਂ, ਜਿਹੜੀਆਂ ਰੂਹਾਂ ਭੜਕਦੀਆਂ ਫਿਰਦੀਆਂ। ਜਿਸ ਤਰ੍ਹਾਂ ਔਰੰਗਜ਼ੇਬ ਨੇ ਜਾਂ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ, ਚਾਰੇ ਗਰੀਬਾਂ ਦੇ ਜਨੇਊ ਲਾਉਣੇ ਸ਼ੁਰੂ, ਧਰਮ ਅਸਥਾਨ ਗੁਰਦੁਆਰੇ ਜਾਂ ਉਹ ਹੁੰਦੇ ਨੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ, ਤਾਂ ਫਿਰ ਨੌਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ
ਸਹਾਇਤਾ ਕਰਨ ਵਾਸਤੇ ਗਰੀਬਾਂ ਦੀ ਤਾਂ ਦਿੱਲੀ ਗਏ ਗੁਰੂ। ਔਰੰਗਜ਼ੇਬ ਨੇ ਸੋਚਿਆ ਇੱਕ ਉੱਥੇ ਹਵੇਲੀ ਸੀ ਕਿ ਉਹਦੇ ਵਿੱਚ ਪ੍ਰੇਤ ਰਹਿੰਦਾ ਸੀ, ਉਹ ਜਿਹੜਾ ਹਵੇਲੀ ਦੇ ਵਿੱਚ ਜਾਂਦਾ ਸੀ ਉਸਨੂੰ ਮਾਰ ਦਿੰਦਾ ਸੀ। ਔਰੰਗਜ਼ੇਬ ਕਹਿੰਦਾ ਇਉਂ ਕਰੋ, ਹਿੰਦੂਆਂ ਦੇ ਗੁਰੂ ਨੂੰ ਉਸ ਹਵੇਲੀ ਦੇ ਵਿੱਚ ਉਤਾਰਾ ਦੇ ਦਿਓ, ਰਾਤ ਨੂੰ ਉਹ ਪ੍ਰੇਤ ਮਾਰ ਦੇਵੇਗਾ, ਆਪਣਾ ਜੋ ਮਤਲਬ ਸਿੱਧਾ ਹੋ ਜਾਵੇ। ਹੁਣ ਇੱਕ ਹੁੰਦਾ ਕਰਤਾ, ਇੱਕ ਹੁੰਦੀ ਹੈ ਕਿਰਤ। ਕਦੇ ਕਿਰਤ ਵੀ ਕਰਦੇ ਨੂੰ ਮਾਰਦੀ ਦੇਖੀ ਹੈ? ਹਾਂ, ਕਰਤਾ ਤਾਂ ਕਿਰਤ ਨੂੰ ਆਪਾਂ ਆਪਣੀ ਬਣਾਈ ਹੋਈ ਗੱਲ ਨੂੰ ਢਾ ਵੀ ਸਕਦੇ ਹਾਂ। ਆਓ ਇਸ ਤਰ੍ਹਾਂ ਦੇ ਨਾਲ ਨੌਵੇਂ ਪਾਤਸ਼ਾਹ ਮਹਾਰਾਜ ਸਿੱਖਾਂ ਸਮੇਤ ਹਵੇਲੀ ਦੇ ਵਿੱਚ ਬੰਦ ਕਰਤੇ ਗੁਰਮੁਖ। ਇਸ਼ਨਾਨ ਕਰਕੇ ਮਹਾਰਾਜ ਜੀ ਸਮਾਧੀ ਲਾਈ ਬੈਠੇ ਨੇ। ਉਹ ਰੂਹ ਆਈ, ਤਖ਼ਤਾ ਫੜਕਾਇਆ, ਨੌਵੇਂ ਗੁਰੂ ਨੇ ਫਿਰ ਤਖ਼ਤਾ ਖੋਲ੍ਹਿਆ ਤਾਂ ਬਾਹਰ ਖੜੀ ਆ ਰੂਹ। ਮਹਾਰਾਜ ਕਹਿੰਦੇ ਤੂੰ ਕੌਣ ਹੈ ਭਾਈ? ਉਹ ਰੂਹ ਕਹਿਣ ਲੱਗੀ ਮਹਾਰਾਜ ਜੀ ਮੈਂ ਘਰ ਦਾ ਮਾਲਕ ਹਾਂ ਇਸ ਹਵੇਲੀ ਦਾ, ਅਤੇ ਫਿਰ ਤੈਨੂੰ ਇਹ ਜੂਨੀ ਕਿਵੇਂ ਮਿਲ ਗਈ? ਤੂੰ ਪ੍ਰੇਤ ਕਿਉਂ ਬਣ ਗਿਆ? ਕਹਿੰਦਾ ਲੈ ਸੁਣ ਲਓ ਮਹਾਰਾਜ, ਅਸੀਂ ਦੋ ਭਰਾ ਸੀ, ਇੱਕ ਚਲਾਕ ਸੀ ਚਲਾਕ, ਉਹਦਾ ਸਰਕਾਰੇ ਆਉਣਾ ਜਾਣਾ ਸੀਗਾ, ਮੈਂ ਇਹਦੀ ਸਿੱਧਾ ਸਾਧਾ। ਹੁਣ ਹੌਲੀ ਹੌਲੀ ਸਾਰੀ ਹਵੇਲੀ ਆਪਣੇ ਨਾਂ ਕਰਾ ਲਈ, ਪੁਲਿਸ ਨੂੰ ਲਿਆ ਕੇ ਕੁੱਟ ਕੇ ਮੈਨੂੰ ਬਾਹਰ ਕੱਢ ਦਿੱਤਾ, ਹਵੇਲੀ 'ਤੇ ਕਬਜ਼ਾ ਕਰ ਲਿਆ। ਕਹਿੰਦਾ ਮੇਰਾ ਖਿਆਲ ਹਵੇਲੀ 'ਚ ਹੀ ਰਹੇ, ਮੇਰਾ ਅੰਤ ਸਮਾਂ ਆ ਗਿਆ, ਮੈਂ ਮਰ ਗਿਆ। ਫਿਰ ਕਹਿੰਦਾ ਮੈਂ ਪ੍ਰੇਤ ਬਣ ਗਿਆ, ਪਹਿਲਾਂ ਤਾਂ ਸਾਰੇ ਉਹ ਮਾਰੇ ਜਿਹੜੇ ਮੇਰੇ ਭਾਈ ਹੋਰ ਟੱਬਰ ਛੱਬਰ ਸੀ, ਸਾਰਾ ਸਫਾਈ ਕਰਤੀ, ਇਕੱਲਾ ਹੀ ਹੁਣ ਸੁੰਨੀ ਪਈ ਆ ਹਵੇਲੀ, ਮੈਂ ਇਹਦੇ ਵਿੱਚ ਰਹਿਣਾ, ਜੇ ਕੋਈ ਇਹਦੇ ਵਿੱਚ ਆ ਜਾਵੇ ਨਾ ਰਾਤ ਨੂੰ ਮੈਂ ਮਾਰ ਦਿੰਦਾ ਸੀ। ਆਪ ਮੇਰੇ ਭਲੇ ਵਾਸਤੇ ਆ ਗਏ ਇੱਥੇ, ਉਹਨੇ ਤਾਂ ਹੋਰ ਹੀ ਸੋਚਿਆ ਔਰੰਗਜ਼ੇਬ ਨੇ ਤਾਂ, ਕਿਰਪਾ ਕਰੋ ਮੈਨੂੰ ਇਸ ਸਰੀਰ ਤੋਂ ਛਡਾ ਦਿਓ। ਗੁਰੂ ਸਾਹਿਬ ਜੀ ਕਹਿਣ ਲੱਗੇ ਅੱਛਾ ਬਾਈ। ਉਹ ਗਿਆ ਫਿਰ ਕੋਨੀ ਗੰਨੇ ਲਿਆਇਆ ਜਾ ਕੇ, ਕਿ ਰੂਹਾਂ ਮਲਨ ਹੁੰਦੀਆਂ ਨੇ ਨਾ, ਇਹ ਗੰਨੇ ਨੂੰ ਕੋਈ ਚੱਕ ਲਓ। ਉਹ ਗੰਨਾ ਲਿਆ ਕੇ ਮਹਾਰਾਜ ਜੀ ਦੇ ਅੱਗੇ ਰੱਖਿਆ, ਮਹਾਰਾਜ ਜੀ ਨੇ ਚੂਪ ਕੇ ਗੰਨਾ ਸਿਲਕ ਸਿੱਟ ਦਿੱਤਾ। ਜਦ ਸਿਲਕ ਸਿੱਟਿਆ ਉਸ ਰੂਹ ਨੇ ਚੱਕ ਕੇ ਚੱਬ ਲਿਆ, ਬਸ ਉਹ ਪ੍ਰੇਤ ਦੀ ਸਰੀਰ ਦੇ ਵਿੱਚੋਂ ਰੂਹ ਨਿਕਲ ਕੇ ਸੁਰਗਾਂ ਨੂੰ ਚਲੀ ਗਈ। ਗੁਰੂ ਆਹ ਦੱਸਿਆ ਵੀ ਜਿਹਾ ਜਿਹਾ ਇਹਦਾ ਖਿਆਲ ਹੁੰਦਾ ਹੈ, ਅੰਤਕਾਲ ਜੋ ਮੰਦਰ ਸਿਮਰਾ ਸੀ ਚਿੰਤਾ ਮੈਂ ਜੇ ਮਰਾ, ਪ੍ਰਤੇ ਪ੍ਰੇਤ ਜੋਨ ਬਾਲ ਅਵਤਰ। ਅੱਗੇ ਸਿੱਟਾ ਕੱਢ ਦਿੱਤਾ ਤਰਲੋਚਨ ਜੀ ਨੇ, ਅੰਤਕਾਲ ਨਾਰਾਇਣ ਸਿਮਰੈ, ਵਧਦ ਤਰਲੋਚਨ ਉੱਤੇ ਨਰਮੁਕਤਾ ਪੀਤਾਂਬਰ ਵਾਂ ਕੇ ਹਿਰਦੇ ਵਸਾ। ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਮਰਦਾ ਨਾ, ਉਹ ਕਹਿੰਦੇ ਫਿਰ ਪਰਮੇਸ਼ਰ ਦੇ ਲੋਕ ਨੂੰ ਜਾਂਦਾ, ਨਹੀਂ ਫਿਰ ਇੱਧਰ ਵਜੂਨੀਆਂ ਵਿੱਚ ਜਾਂਦਾ। ਫੜੋ ਪ੍ਰੇਮ ਦੇ ਨਾਲ Oh,
ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਆ, ਪਤਾ ਨਹੀਂ ਕਾਹਦੇ ਦੁਨੀਆਂ ਤੋਂ ਚੱਲੇ ਜਾਣਾ ਗੁਰੂ। ਆਓ ਅਬ ਟਾਈਮ ਹੋ ਗਿਆ ਹੁਣ, ਇਸ ਸਥਾਨ ਦੇ ਵਿੱਚ ਚਾਰ ਦੀਵਾਨ ਸਨ, ਇਸੇ ਟਾਊਨ ਦੇ ਵਿੱਚ ਜਿਹਨੂੰ ਆਪਾਂ ਉੱਧਰ ਤਾਂ ਐਤਵਾਰ ਕਹਿੰਦੇ, ਇੱਧਰ ਸੰਡੇ ਕਹਿੰਦੇ ਨੇ। ਸੰਡੇ ਤੋਂ ਦੀਵਾਨ ਸ਼ੁਰੂ ਹੋਣਗੇ। ਕ੍ਰੀਚੋ ਤੋਂ ਅਫਰੀਕਾ ਚੋਂ ਮਹਾਂਪੁਰਸ਼ ਇੱਥੇ ਆਏ ਸੀ, ਉਹਨਾਂ ਦਾ ਵੀ ਗੁਰਦੁਆਰਾ ਬਣਾਇਆ। ਆਹ ਵੀ ਗੁਰਦੁਆਰਾ ਜਿਹੜੀ ਬੀਬੀ ਨੇ ਬਣਾਇਆ ਨਾ, ਇਹ ਵੀ ਅਫਰੀਕਾ 'ਚ ਹੁੰਦੀ ਸੀ ਜਦ ਮਹਾਰਾਜ ਜੀ ਗਏ ਨੇ ਉੱਥੇ। ਆ ਉੱਥੇ ਦੀਵਾਨ ਸੁਣੇ ਸ਼ੁਰੂ ਹੋਣਗੇ ਸੰਡੇ ਤੋਂ। ਆਹ ਜਿਹੜੇ ਦੋ ਦਿਨ ਇਹ ਬਰੂਨ ਹੰਟਰ, ਉਹ ਜਿਹੜਾ ਹਾਲ ਹੈ, ਠਾਠ ਆ ਜਿਹੜਾ ਬਲੂੰਦੀ ਵਾਲੇ ਮਹਾਂਪੁਰਸ਼ਾਂ ਦਾ, ਇਹ ਦੋ ਦੀਵਾਨ ਉੱਥੇ ਲੱਗਣਗੇ। ਆਹ ਹੁਣ ਆਨੰਦ ਸਾਹਿਬ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਗੁਰੂ ਸਤੋਤਰ ਵਿੱਚ ਬੋਲਾਂਗੇ, ਫਿਰ ਗੁਰੂ ਅੱਗੇ ਅਰਦਾਸ 'ਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਸੰਡੇ ਦਾ ਦਿਨ ਯਾਦ ਰੱਖਣਾ ਪੜੋਗੇ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੇ I'm gonna make it.
واحد بقول لك